ਮੋਰਨਿੰਗ ਟਾਈਮ ਉੱਠਿਆ ਪਹਿਲੇ ਤਾਂ ਗੱਡੀ ਦੇ ਟਰੈਕਟਰ ਬਾਹਰ ਕੱਢੇ ਨੇ, ਉਸ ਤੋਂ ਬਾਅਦ ਜਨਾਬ ਗੰਦਮ ਜਿਹੜਾ ਉਹ ਸੇਲ ਕੀਤੀ ਸੀ ਉਹਦੇ ਵਾਸਤੇ ਤਿੰਨਾਂ ਚੌਂ ਘਰਾਂ ਨੂੰ ਸੇਲ ਕੀਤੀ ਹੈ। ਇੱਥੋਂ ਆਈ ਜਾ ਰਹੇ ਨੇ, ਭਰੀ ਜਾ ਰਹੇ ਨੇ ਅਤੇ ਆਪਾਂ ਦਿੱਤੀ ਜਾ ਰਹੇ ਹਾਂ ਗੰਦਮ। ਬੁੱਟੂ ਕਹਿੰਦੇ ਪੜੋਲੇ ਛੜੋਲੇ 'ਚ ਪਾਏਗਾ, ਸਹੀ ਹੈ, ਇੱਕ ਵਾਰੀ ਜਾਨ ਛੁੜਾ ਪੜੋਲੀ ਸਿਰ। ਉਹ ਜ਼ਹਿਰ ਦੀਆਂ ਗੋਲੀਆਂ ਨਾ ਵਿੱਚ ਰੱਖਿਆ ਕਰੋ, ਉਹਦੇ ਨਾਲ ਬਕੈਣ ਦੇ ਪੱਤੇ ਜਿਹੜੇ ਆ ਨਾ ਉਹ ਤੋੜ ਕੇ ਅਤੇ ਉਹ ਥੋੜ੍ਹੀ ਦੇਰ ਬਾਹਰ ਪੈ ਰਹੇ ਅਤੇ ਥੋੜ੍ਹੇ ਜਿਹੇ ਧੁੱਪ ਲੱਗ ਗਈ ਜਿਸ ਲਈ ਉਹਨਾਂ ਨੂੰ, ਅਤੇ ਮੁੜ ਕੇ ਫਿਰ ਜਿਹੜੇ ਦਾਣੇ ਪਾਉਣੇ ਆ ਅਤੇ ਇੱਕ ਗੱਟੂ ਸਿੱਟ ਦੇਣਾ ਅਤੇ ਨਾਲ ਜਿਹੜਾ ਨਾ ਇਹਦਾ ਬੁੱਕ ਭਰ ਕੇ ਇੰਨੀ ਪੱਤਿਆਂ ਦੀ ਸਿੱਟ ਦੇਣੀ ਉੱਤੇ, ਫਿਰ ਗੱਟੂ ਦੋ ਤਿੰਨ ਸਿੱਟ ਕੇ ਫਿਰ ਥੋੜ੍ਹੇ ਜਿਹੇ ਪੱਤੇ ਸਿੱਟ ਦੇਣੇ, ਇੱਦਾਂ ਸਿੱਟੀ ਜਾਣੇ, ਕਣਕ ਖਰਾਬ ਨਹੀਂ ਹੋਊਗੀ ਤੇਰੀ। ਹਾਂ, ਜ਼ਹਿਰ ਤੋਂ ਬਚੀਦਾ ਹੁੰਦਾ। ਹੱਥ ਨਾਲ ਰੇੜ ਕੇ ਲੈ ਜਾਓਗੇ ਹੈ ਨਾ, ਠੀਕ ਲਾਲਾ ਯਾਰ ਤੇਰਾ ਸਰ, ਬਹੁਤ ਸ਼ੁਕਰੀਆ ਜਨਾਬ, ਮਿਹਰਬਾਨੀ ਪਿਆਰੇ ਭਾਈ। ਕੁਛ ਨੀ ਇੰਨੇ ਕਿਹੜਾ, ਕੁਛ ਇਹ ਕਿਹੜਾ ਵਜ਼ਨ, ਹਾਂਜੀ ਵਿਊਵਰ ਜੇ ਗੱਲ ਕਰੀਏ ਆਪਾਂ ਗੰਦਮ ਦੇ ਸੇਲ ਕਰਨ ਦੀ ਅਤੇ ਗੰਦਮ ਸੇਲ ਨਾ ਹੋਣ ਦੀ ਵਜ੍ਹਾ, ਔਰ ਰੱਖ ਕੇ ਇੰਤਜ਼ਾਰ ਕਰਕੇ ਮੈਨੂੰ ਪਰੇਸ਼ਾਨੀ ਕੋਈ ਨਹੀਂ ਗਈ, ਅੱਲਾਹ ਤਾਲਾ ਖੈਰ ਕਰੇ, ਪਈ ਵੀ ਰਹੇ ਚਾਰ ਦਿਨ ਮੁਸ਼ਕਿਲ ਕੋਈ ਨਹੀਂ, ਕੋਈ ਪਲੀਸੀ ਨਿਕਲੇਗੀ ਨਾ, ਸਾਰੀ ਦੁਨੀਆ ਰੱਖੀ ਬੈਠੀ ਹੈ, ਲੇਕਿਨ ਇਹ ਘਰਾਂ ਵਾਲੇ ਕੁਛ ਜਿਹੜੇ ਇਹਨਾਂ ਨੇ ਮਜਬੂਰ ਕੀਤਾ ਵੀ ਸਾਨੂੰ ਦਿਓ ਲਾਜ਼ਮ, ਕੋਈ ਕਹਿੰਦਾ ਮੈਂ ਬਹੁਤ ਗਰੀਬ ਹਾਂ, ਕੋਈ ਕੁਛ ਕਹਿੰਦਾ, ਕੋਈ ਕੁਛ ਕਹਿੰਦਾ, ਉਹ ਇੱਦਾਂ ਕਰ ਕਰਾ ਕੇ ਇਹਨਾਂ ਨੂੰ ਕਿਸੇ ਨੂੰ ਦਿੱਤੀ ਹੈ ਜਨਾਬ 3200 ਨੂੰ, ਕਿਸੇ ਨੂੰ 3300 ਨੂੰ, ਕਿਸੇ ਨੂੰ 3350 ਨੂੰ, ਠੀਕ ਹੈ। ਇਹ ਪੈਨਸਲ ਮੇਰੇ ਹੱਥ ਸੀ ਸਵੇਰ ਦੀ, ਉਹ ਮੇਰੇ ਕੋਲ ਕਾਪੀ ਪਈ ਹੈ, ਠੀਕ ਹੈ ਜੀ, ਇਹ ਸਾਰਾ ਹਿਸਾਬ ਇਹਨਾਂ ਦਾ ਲਿਖਿਆ ਪਿਆ, ਕਿਸੇ ਨੂੰ 3200 ਨੂੰ, ਕਿਸੇ ਨੂੰ 3300, ਕਿਸੇ 3350 ਨੂੰ, ਘਰਾਂ ਵਾਲਿਆਂ ਨੇ ਦੋਵਾਂ ਤਿੰਨਾਂ ਘਰਾਂ ਨੂੰ ਦੇ ਦਿੱਤੀ ਹੈ, ਪਿੱਛੇ ਕੋਈ 250-300 ਮਣ ਪਈ ਹੋਣੀ ਹੈ, ਆਪੇ ਅੱਲਾ ਖੈਰ ਕਰੇ, ਜਿੰਨਾ ਜਿਹੜਾ ਨਸੀਬ ਹੋਏ ਵੇਖ ਉੱਠ ਜਾਏਗੀ। ਆ ਮੇਰੀ ਮੱਛਰਦਾਨੀ ਤੁਸੀਂ ਵੇਖੀ ਹੋਣੀ, ਮੈਂ ਰਾਤ ਕਮੀਜ਼ ਲਾ ਕੇ ਸੌਣ ਦੱਸਦੀ ਹਾਂ, ਅਤੇ ਉਸ ਵਜ੍ਹਾ ਤੋਂ ਮੈਨੂੰ ਮੱਛਰ ਲੜਦਾ, ਫਿਰ ਮੈਂ ਇਹਦੇ ਵਿੱਚ ਲੇਟਦਾ ਬਚ ਬਚਾਅ ਵਾਸਤੇ, ਸਰਦੀ ਬਹੁਤ ਹੁੰਦੀ ਸਾਡੇ ਵੱਲ, ਏ ਸੀ ਤਾਂ ਦੂਰ ਦੀ ਗੱਲ ਹੈ, ਰਾਤ ਨੂੰ ਪੱਖਾ ਵੀ ਬੰਦ ਕਰਨਾ ਪੈਂਦਾ। ਹੁਣ ਮੇਰਾ ਵਿਹਾੜੀ ਜਾਣ ਦਾ ਪ੍ਰੋਗਰਾਮ, ਤੋਲ ਦਿੱਤੀਆਂ, ਹੁਣ ਚੱਲਾਂ ਆ ਬੈਂਕ।
ਇਹ ਬਾਕੀ ਯਾਦ ਜਿਹੜੀਆਂ ਗੰਦਮ ਦੀਆਂ ਹਲਕੀਆਂ ਫੁਲਕੀਆਂ ਹੈਗੀਆਂ ਨੇ ਉਹਨਾਂ ਦੇ ਉੱਤੇ ਲੋਕਾਂ ਨੇ ਆ ਕੋਈ ਅੱਗ ਮੱਗ ਲਾਈ ਹੋਈ ਹੈ ਅਤੇ ਦੋਵੇਂ ਉੱਠੇ ਖੜ੍ਹੇ ਨੇ। ਹੁਣ ਇਸ ਜਗ੍ਹਾ ਦੇ ਉੱਤੇ ਝੋਨੇ ਆ ਰਹੇ ਨੇ, ਤੇਲ ਆ ਰਹੇ ਨੇ, ਇਹ ਦੋ ਹੀ ਫਸਲਾਂ ਹਾਲ ਦੀ ਘੜੀ, ਇਸ ਤੋਂ ਇਲਾਵਾ ਤੀਜੀ ਫਸਲ ਹੈ ਕੋਈ ਨਹੀਂ। ਅਤੇ ਇਹ ਦੋ ਫਸਲਾਂ ਵੀ ਆਉਣ ਵਾਲੇ ਵਕਤ 'ਚ ਵੜਦੀਆਂ ਹੋਈਆਂ ਨਜ਼ਰ ਆ ਰਹੀਆਂ, ਕਿਉਂਕਿ ਮੀਆਂ ਜਦੋਂ ਆਏਗਾ ਲੱਗ ਪਤਾ ਜਾਏਗਾ, ਮਰੀਮ ਕੇ ਪਾਪਾ ਆ ਗਏ ਹੈ ਅਤੇ ਅੱਲਾ ਖੈਰ ਕਰੇ ਚਿਹਰੇ ਮਾਸੂਮ ਅਤੇ ਅੰਦਰੋਂ ਪਤਾ ਨਹੀਂ ਕੀ ਕੁਛ। ਮੈਂ ਜਲਦੀ ਇਨਸ਼ਾਅੱਲਾ ਤਾਲਾ ਤੁਹਾਨੂੰ ਨਾ ਸ਼ਹਿਰ ਪਹੁੰਚ ਕੇ, ਬੈਂਕ ਪਹੁੰਚ ਕੇ, ਜਿਹੜਾ ਕੰਮ ਕਾਫੀ ਦਿਨਾਂ ਦਾ ਮੈਂ ਜਿਸ ਚੱਕਰ 'ਚ ਦੌੜ ਭੱਜ ਕਰ ਰਿਹਾ ਸੀ ਔਰ ਤੁਹਾਨੂੰ ਦੱਸ ਰਿਹਾ ਸੀ, ਅਗਰ ਮੇਰਾ ਕੰਮ ਹੋ ਗਿਆ ਤੁਹਾਨੂੰ ਸਾਰਿਆਂ ਨੂੰ ਦੱਸਾਂਗਾ, ਉਹ ਇਨਸ਼ਾਅੱਲਾ ਹੁਣ ਮੈਂ ਤੁਹਾਨੂੰ ਜਾ ਕੇ ਦੱਸਾਂਗਾ। ਉਮੀਦ ਹੈ ਮੇਰਾ ਕੰਮ ਅੱਜ ਹੋ ਗਿਆ ਆ ਅਤੇ ਮੈਂ ਤੁਹਾਨੂੰ ਕਿਹਾ ਸੀ ਜੇ ਮੇਰਾ ਫਾਇਦਾ ਹੋ ਗਿਆ ਤਾਂ ਮੈਂ ਤੁਹਾਨੂੰ ਵੀ ਦੱਸੂ, ਸ਼ਾਇਦ ਤੁਹਾਡਾ ਵੀ ਹੋ ਜਾਵੇ ਕਿਤਿਓਂ। ਲੈ ਵੀ ਤੁਹਾਨੂੰ ਸ਼ਾਇਦ ਪਤਾ ਨਹੀਂ ਮੈਂ ਨਾਤ ਪਾ ਵੀ ਰਿਹਾ ਹਾਂ। ਮੈਂ ਨਾਤਾਂ ਮਾਸ਼ਾਅੱਲਾ ਬਹੁਤ ਅੱਛੀਆਂ ਪੜ੍ਹ ਲੈਂਦਾ ਸੀ, ਮੇਰੀ ਆਵਾਜ਼ ਬੜੀ ਅੱਛੀ ਸੀ, ਹੁਣ ਨਹੀਂ ਮੈਂ ਪੜ੍ਹਦਾ। ਖਾਲਦ ਹੁਸੈਨ ਖਾਲਦ ਨੂੰ ਮੈਂ ਸੁਣ ਰਿਹਾ, ਉਹਨਾਂ ਦੀ ਮੈਂ ਤੁਹਾਨੂੰ ਨਾਤ ਰਿਕਮੈਂਡ ਕਰਦਾ, ਬੜੀ ਆਵਾਜ਼ ਆ, ਬਹੁਤ ਕਮਾਲ। ਪਰ ਹੁਣ ਪਹੁੰਚ, ਮੈਂ ਬੈਂਕ ਗਿਆ, ਮੈਂ ਬੈਂਕ ਤੋਂ ਨਿਕਲ ਕੇ ਨਾ ਇਨਸ਼ਾਅੱਲਾ ਅੱਜ ਤੁਹਾਨੂੰ ਨਾਤ ਖਾਲਦ ਹੁਸੈਨ ਖਾਲ ਦੀ ਇੱਕ ਰਿਕਮੈਂਡ ਕਰਦਾ, ਖਾਲਦ ਸਾਹਿਬ ਦੀ ਆਵਾਜ਼ ਸੁਣੋਗੇ। ਅਸਲ ਮਸਲਾ ਯੂਟਿਊਬ 'ਤੇ ਇੱਦਾਂ ਤੁਹਾਨੂੰ ਨਾ ਸ਼ੇਅਰ ਨਹੀਂ ਕਰ ਸਕਦੇ ਨਾ ਆਡੀਓ ਵਿੱਚ, ਇਹ ਕਾਪੀਰਾਈਟ ਦੇ ਇਸ਼ੂ ਬਣ ਜਾਂਦੇ ਆ, ਇਹ ਬੰਦੇ ਨਾ ਦੇਖਦੇ ਆ ਵੀ ਚਲੋ ਹੁਣ ਨਾ ਤਾਂ ਹੁਣ ਇਹਦੀ ਕੀ ਕਾਪੀਰਾਈਟ ਕਰਨਾ, ਇਹਨਾਂ ਨੇ ਮੈਨੂੰ ਭੇਜ ਦੇਣਾ। ਹਰ ਬੰਦਾ ਭਾਈ ਪੈਸੇ ਦੇ ਮਗਰ ਜਿਹੜਾ ਨਾ ਭਾਜਣ ਆਸਰ 'ਚ ਪਿਆ ਖੜਾ। ਅਤੇ ਬੈਂਕ ਦੇ ਬੂਹੇ 'ਤੇ ਪਹੁੰਚ ਗਿਆ, ਨਾਤ ਸੁਣਦੇ ਆ, ਤੁਹਾਨੂੰ ਇੱਕ ਬੋਲ ਸੁਣਾਊਂਗਾ, ਔਖਾ ਸੌਖਾ ਰਿਸਕ ਲੈ ਲਊਂਗਾ ਕਾਪੀਰਾਈਟ ਦਾ, ਅਤੇ ਨਾਲੇ ਤੁਹਾਨੂੰ ਮੈਂ ਦੱਸੂਗਾ ਵੀ ਮੈਂ ਆਪ ਵੀ ਪੜ੍ਹਦਾ ਰਿਹਾ, ਅੱਲਾ ਖੈਰ ਕਰੇ। ਪਰ ਮੈਂ ਛੱਡ ਗਿਆ, ਮੈਂ ਨਾਹਿਲ ਆਦਮੀ ਸੀ ਨਾ, ਮੈਨੂੰ ਬੜਾ ਲਾਈਕ ਕਰਦੇ ਸੀ ਸਕੂਲ ਦੇ ਵਿੱਚ ਵੀ ਬਾਹਰ ਵੀ, ਪੈਸੇ ਨਹੀਂ ਮੈਂ ਲੈਂਦਾ ਹੁੰਦਾ ਸੀ, ਉੱਦਾਂ ਮੈਂ ਯਾਨੀ ਪੜ੍ਹਦਾ ਹੁੰਦਾ ਸੀ ਮੁਹੱਬਤ ਤੋਂ, ਮੇਰਾ ਸ਼ੌਂਕ ਸੀਗਾ, ਮੇਰੀ ਆਵਾਜ਼ ਬਹੁਤ ਅੱਛੀ ਮੰਨੀ ਜਾਂਦੀ ਸੀ। ਹੁਣ ਮੈਂ ਲੱਗ ਗਿਆ ਟਰੈਕਟਰਾਂ ਦੇ ਰਿਵਿਊ ਪਾਉਣ। ਸ਼ਹਿਰ ਪਹੁੰਚਿਆ ਸੀਗਾ ਅਤੇ ਨਮਾਜ਼ ਜ਼ੁਹਰ ਦਾ ਟਾਈਮ ਹੋ ਗਿਆ, ਭਾਈ ਅਬਦੁੱਲਾ ਸਾਹਿਬ ਦੇ ਨਾਲ ਚਲੇ ਗਏ ਅਲਹਮਦੁਲਿਲਾ, ਜਾ ਕੇ ਨਮਾਜ਼ ਪੜ੍ਹੀ ਆ, ਉਸ ਤੋਂ ਬਾਅਦ ਵਾਪਸ ਆਏ। ਤੁਹਾਨੂੰ ਪਤਾ ਸਾਹਾਬਾ ਕਰਾਮ ਨੂੰ ਵੀ ਆਈ ਸੀ, ਪਤਾ ਤੁਹਾਨੂੰ ਕਿ ਨਹੀਂ? ਆਪ ਸੱਲਮ ਨੇ ਨਾ ਉਹਨਾਂ ਦੇ ਸਾਹਮਣੇ ਰੱਖੀ ਸੀ ਇਹ ਬਾਤ। ਫਾਈਨਲੀ ਗਾਇਸ, ਮੇਰੇ ਹੱਥ ਵਿੱਚ ਹੈ ਇੱਕ ਪੇ ਆਰਡਰ। ਪੇ ਆਰਡਰ ਜੀ ਐਸ ਬੈਂਕ ਦੀ ਤਰਫੋਂ ਆਪਾਂ ਨੂੰ ਮਿਲਿਆ, ਜਿਹੜਾ ਆਪਾਂ ਸੋਲਰ ਇੱਥੇ ਅਪਲਾਈ ਕੀਤਾ ਸੀ, ਕਿੱਦਾਂ ਕੀਤਾ ਸੀ, ਕਿਵੇਂ ਕੀਤਾ ਸੀ, ਇੱਕ ਲੰਮੀ ਤਫਸੀਲ ਆ, ਇਹ ਇਨਸ਼ਾਅੱਲਾ ਤੁਹਾਡੇ ਨਾਲ ਸ਼ੇਅਰ ਕਰਦਾ ਹਾਂ। ਤਕਰੀਬਨ ਸੋਲਰ ਪੈਨਲ ਆਪਾਂ ਕੀਤਾ ਸੀ ਇੱਕ ਮਹੀਨਾ ਪਹਿਲੇ, ਇੱਕ ਮਹੀਨੇ ਦੇ ਅੰਦਰ ਅੰਦਰ ਆਪਾਂ ਨੂੰ ਪੇ ਆਰਡਰ ਮਿਲ ਗਿਆ। 7% 'ਤੇ ਸੋਲਰ ਪੈਨਲ ਲਈ ਮੈਂ ਅਪਲਾਈ ਕੀਤਾ ਸੀਗਾ ਆਪਣੀ ਟਰਪਾਈਨ 'ਤੇ ਲਗਾਉਣ ਵਾਸਤੇ, ਜਿਹਦਾ ਪੇ ਆਰਡਰ ਮੈਨੂੰ 30 ਦਿਨ ਦੇ ਅੰਦਰ ਅੰਦਰ ਜੀ ਐਸ ਬੈਂਕ ਨੇ ਦੇ ਦਿੱਤਾ। ਅਤੇ ਇਹਦੇ ਤੋਂ ਫਾਇਦਾ ਤੁਸੀਂ ਵੀ ਉਠਾ ਸਕਦੇ ਹਾਂ, 7% ਕੋਈ ਬਹੁਤ ਜ਼ਿਆਦਾ ਨਹੀਂ ਆ। ਵੈਸੇ ਤਾਂ ਕਹਿੰਦੇ ਹੁੰਦੇ ਵੀ ਉਧਾਰ ਲੈ ਕੇ ਜਾਂ ਲੋਨ ਲੈ ਕੇ ਬੰਦੇ ਨੂੰ ਖੁਸ਼ ਨਹੀਂ ਹੋਣਾ ਚਾਹੀਦਾ, ਲੇਕਿਨ ਹਾਲ ਦੀ ਘੜੀ ਮੈਨੂੰ ਥੋੜ੍ਹੀ ਬਹੁਤੀ ਹੈ। ਇਹਦਾ ਜਿਹੜਾ ਮੇਨ ਮਕਸਦ ਆ ਉਹ ਇਹੀ ਆ ਦੋਸਤੋ ਕਿ ਬਿਜਲੀ ਬਹੁਤ ਮਹਿੰਗੀ ਹੋ ਗਈ ਸੀ, ਬਿੱਲਾਂ 'ਤੇ ਅਸੀਂ ਬੜੇ ਮਾਰੇ ਹੋਏ ਹਾਂ, ਬਹੁਤ ਬੁਰੀ ਤਰ੍ਹਾਂ ਮੁਤਾਸਰੀਨ ਦੇ ਵਿੱਚ ਸ਼ਾਮਲ ਹਾਂ ਅਸੀਂ ਬਿਜਲੀ ਦੇ ਬਿੱਲਾਂ ਦੀ ਵਜ੍ਹਾ ਤੋਂ। ਤਾਂ ਇਸ ਕਰਕੇ ਇਹ ਮੈਂ ਅਪਲਾਈ ਕੀਤਾ ਸੀਗਾ, ਇਹਨਾਂ ਨੇ ਮੇਰੀ ਜ਼ਮੀਨ ਜਿਹੜੀ ਆ ਉਹਦੇ ਪਲੱਜ ਕਰਕੇ ਉਹਨੂੰ ਯਾਨੀ ਪਾਸਬੁੱਕ, ਉਹ ਜਿਹੜੀ ਗ੍ਰੀਨ ਪੋਸਟਬੁੱਕ ਹੁੰਦੀ ਆ ਉਹ ਮੈਂ ਇਹਨਾਂ ਨੂੰ ਦਿੱਤੀ ਹੈ। ਉਸ ਤੋਂ ਬਾਅਦ ਜਨਾਬ ਇਹ ਮੈਂ ਪ੍ਰੋਸੈਸ ਕਰਵਾਇਆ ਸੀ, ਇੱਕ ਮਹੀਨੇ ਦੇ ਅੰਦਰ ਅੰਦਰ ਇਹਨਾਂ ਨੇ ਮੈਨੂੰ ਸੋਲਰ ਦਾ ਜਿਹੜਾ ਆ ਪੇ ਆਰਡਰ ਦੇ ਦਿੱਤਾ ਹੈ, ਜਿਹੜਾ ਕਿ ਮਾਸ਼ਾਅੱਲਾ ਇਲੈਕਟ੍ਰੋਨਿਕਸ ਦੇ ਨਾਮ 'ਤੇ ਮੈਂ ਬਣਵਾਇਆ ਵਾ, ਭਾਈ ਵਿਕਾਸ ਸਾਹਿਬ ਦੀ ਜਿਹੜੀ ਇਲੈਕਟ੍ਰੋਨਿਕਸ ਦੀ ਸ਼ੋਪ ਆ ਉਹਦੇ ਨਾਮ 'ਤੇ। ਸੋ ਇਹ ਲਿਆ ਇਸ ਨਜ਼ਰੀਏ ਨਾਲ ਹੀ ਆ ਕਿ ਸੋਲਰ ਲਗਵਾ ਕੇ ਦਿੱਤਾ ਜਾਵੇ, ਲੇਕਿਨ ਸੋਲਰ ਇੰਸਟਾਲੇਸ਼ਨ ਇਨਸ਼ਾਅੱਲਾ ਜਲਦੀ ਕਰਵਾਵਾਂਗੇ ਵੀ, ਔਰ ਠੇਕੇਦਾਰਾਂ ਦੇ ਨਾਲ ਪਹਿਲੇ ਡੀਲ ਕਰਾਂਗੇ ਕਿ ਉਹਦੇ ਨਾਲ ਆਪਣੀ ਕਿੱਦਾਂ ਡੀਲ ਰਹਿੰਦੀ ਹੈ, ਕਿਉਂਕਿ ਆਪਾਂ ਤਾਂ 2-4 ਏਕੜ ਹੀ ਰੱਖਣੇ ਹੈਗਾ ਅਤੇ ਬਾਕੀ ਠੇਕੇ 'ਤੇ ਹੋਣੇ ਆ 22-24 ਏਕੜ, 22 ਏਕੜ, 23 ਏਕੜ। ਤਾਂ ਉਸ ਕਰਕੇ ਫਿਰ ਜਿਵੇਂ ਅੱਛੀ ਡੀਲ ਉਹਨਾਂ ਨਾਲ ਹੋ ਜਾਏਗੀ, ਫਿਰ ਉਹਨਾਂ ਨੂੰ ਸੋਲਰ ਇੰਸਟਾਲ ਕਰਕੇ ਇਸ ਪੇਮੈਂਟ ਦਾ ਦੇਵਾਂਗੇ। ਅਤੇ ਬਾਕੀ ਤੁਸੀਂ ਆਪਣੇ ਕਰੀਬੀ ਕਿਸੇ ਬੈਂਕ ਨੂੰ ਵਿਜ਼ਿਟ ਕਰ ਸਕਦੇ ਹਾਂ, 7% 'ਤੇ ਇਹ PM ਜਿਹੜੀ ਆ ਸਕੀਮ ਆ ਉਹਦੇ ਵਿੱਚ ਇਹ ਦਿੱਤਾ ਜਾ ਰਿਹਾ ਹੈ। ਬਰਫ਼
ਨਾਰਮਲ ਸਪੀਡ ਹੈ, ਨਾਰਮਲ ਸੀਨ ਇਹ ਆ ਕਿ ਅਸੀਂ ਹੁਣ ਖੜੇ ਹਾਂ ਆਪਣੇ ਅੱਡੇ 'ਤੇ, ਇਹ ਮੋਟਰ ਖੜੀ ਸਾਡੇ ਕੋਲ ਪਿੱਛੇ, ਅਸੀਂ ਜਾ ਰਹੇ ਹਾਂ ਬੂਰੇ ਵਾਲਾ, ਉਹ ਆ ਗਿਆ ਲਓ ਜੀ ਬੂਰੇ ਵਾਲੇ ਪਹੁੰਚ ਗਏ ਹਾਂ ਪੈਟਰੋਲ ਪੰਪ ਦੇ, ਇੱਥੇ ਪੈਟਰੋਲ ਪਵਾਉਣ ਲੱਗੇ ਹਾਂ, ਬੱਤੀ ਬਲੀ ਜਾਂਦੀ ਸੀ ਰੱਤੇ ਢਿੱਬੇ ਬਲੀ ਆ ਅਤੇ ਬੱਤੀ ਬਲੀ ਦੇ ਇੱਥੇ ਬੂਰੇ ਵਾਲੇ ਲੈ ਕੇ ਆ ਗਏ, ਸਟਾਰਟ ਹੋ ਗਿਆ, ਹਾਂਜੀ ਸਟਾਰਟ ਹੋ ਗਿਆ, ਬਸ ਇਹਨਾਂ ਇਸ ਤਰ੍ਹਾਂ ਘੁਮਾ ਲਓ ਜਦੋਂ ਐਡਿਟ ਕਰਨਾ ਥੋੜ੍ਹਾ ਜਿਹਾ ਸ਼ੁਰੂ ਤੋਂ ਕੱਟ ਕਰ ਦਿਓ, ਹਾਂ ਸ਼ੁਰੂ ਵਾਲਾ ਕੱਟ ਕਰ ਲੈਣਾ, ਇਹਦੇ ਵਿੱਚ ਰਿਜ਼ਲਟ ਠੀਕ ਹੁੰਦਾ, ਇਹਦਾ ਕਲੀਅਰ ਆ ਜਾਏਗਾ, ਠੀਕ ਆ ਇਹ ਵਿਕਾਸ ਭਾਈ ਕੋਲ ਪਹੁੰਚੇ ਹਾਂ ਜੀ, ਇੱਥੇ ਇਹਨਾਂ ਨੂੰ ਪੇ ਆਰਡਰ ਦੇਣਾ ਹੈ ਅਤੇ ਉਸ ਤੋਂ ਬਾਅਦ ਫਿਰ ਇੰਸਟਾਲੇਸ਼ਨ ਦਾ ਅਮਲ ਜਾਂ ਜਿਹੜਾ ਵੀ ਹੋਇਆ ਤੁਹਾਨੂੰ ਕਰਵਾਉਂਦੇ ਰਹਾਂਗੇ, ਲਓ ਜੀ ਵਿਕਾਸ ਕੋਲੋਂ ਅਸੀਂ ਲੈਣ ਲੱਗੇ ਹਾਂ ਇਜਾਜ਼ਤ, ਲਓ ਦੋਸਤੋ ਪਹੁੰਚੇ ਉਸ ਤੋਂ ਬਾਅਦ ਵਿਕਾਸ ਸਾਹਿਬ ਕਹਿੰਦੇ ਵੀ ਨਹੀਂ ਤੂੰ ਪੀਜ਼ਾ ਸ਼ੋਰਟ ਟਾਈਮ ਦੇ ਵਿੱਚ ਤੂੰ ਪੀਜ਼ਾ ਹੀ ਖਾਣਾ ਹੁੰਦਾ ਹੈ ਅਤੇ ਸ਼ੋਰਟ ਟਾਈਮ 'ਚ ਤੈਨੂੰ ਪੀਜ਼ੇ ਤੋਂ ਬਗੈਰ ਜਾਣ ਕੋਈ ਨਹੀਂ ਦੇਣਾ, ਤੇ ਨਹੀਂ ਤਾਂ ਮੈਂ ਤਾਂ ਸੀਗਾ ਕਹਿੰਦਾ ਵੀ ਮੈਨੂੰ ਇਸ ਤੋਂ ਬਚਾਇਆ ਜਾਵੇ, ਤਾਂ ਪੀਜ਼ੇ ਵਾਸਤੇ ਅਸਾਂ ਜਿਹੜਾ ਆ ਪੀਜ਼ਾ ਸ਼ੋਪ 'ਤੇ ਪਹੁੰਚੇ ਹਾਂ, ਇਹਨਾਂ ਦੇ ਪੀਜ਼ਾ ਔਨਲਾਈਨ 'ਤੇ ਜਿਹਦਾ ਅਸੀਂ ਫੇਵਰਟ ਪੀਜ਼ਾ ਹੈ, ਮੇਰੇ ਨਾਲ ਵਿਕਾਸ ਸਾਹਿਬ ਔਰ ਰੌਬਦੁੱਲਾ ਸਾਹਿਬ ਔਰ ਬਾਈ ਅਜ਼ੀਮ ਸਾਹਿਬ ਸੀਗੇ, ਅਜ਼ੀਮ ਸਾਹਿਬ ਨੂੰ ਇੱਕ ਇਨਵਰਟਰ ਵੀ ਜਿਹੜਾ ਆ ਉਹ ਵੀ ਚੈੱਕ ਕਰਵਾਉਣਾ ਸੀਗਾ ਵਿਕਾਸ ਸਾਹਿਬ ਕੋਲੋਂ, ਬਲਕਿ ਸਮਝ ਲਓ ਖਰੀਦਣਾ ਹੀ ਸੀਗਾ, ਅਤੇ ਪੀਜ਼ਾ ਮੇਰਾ ਫੇਵਰਟ ਜਿਹੜਾ ਸੀਗਾ ਚੀਜ਼ੀ ਸਟੱਫੀ ਜਿਹੜਾ ਸੀ ਉਹ ਆ ਗਿਆ ਸੀ, ਅਤੇ ਬਾਕੀ ਇਸ ਤੋਂ ਇਲਾਵਾ ਵਲੋਗ ਅੱਜ ਬਹੁਤ ਮੈਂ ਛੋਟੇ ਛੋਟੇ ਜਿਹੇ ਸ਼ੋਟ ਤੁਹਾਡੇ ਵਾਸਤੇ ਲਏ ਆ, ਮੈਂ ਇੱਕ ਛੋਟੀ ਜਿਹੀ ਪਰੇਸ਼ਾਨੀ 'ਚ ਵੀ ਸੀਗਾ ਇਸ ਤੋਂ ਇਲਾਵਾ, ਤਾਂ ਉਸ ਪਰੇਸ਼ਾਨੀ ਦੀ ਵਜ੍ਹਾ ਤੋਂ ਮੈਂ ਵਾਰ ਵਾਰ ਕੈਮਰਾ ਨਹੀਂ ਸੀ ਕੱਢ ਪਾ ਰਿਹਾ, ਲੇਕਿਨ ਦਿਨ ਮੇਰਾ ਬਹੁਤ ਲੰਬਾ ਸੀ ਔਰ ਅੱਛਾ ਵਲੋਗ ਮੈਂ ਤੁਹਾਡੇ ਵਾਸਤੇ ਬਣਾ ਸਕਦਾ ਸੀ ਲੇਕਿਨ ਬਹੁਤ ਅੱਛਾ ਨਹੀਂ ਬਣਾ ਸਕਿਆ, ਤੁਸੀਂ ਇਹ ਕਹਿ ਸਕਦੇ ਹਾਂ ਸ਼ਾਰਟ ਸ਼ਾਰਟ ਦੇ ਵਿੱਚ ਕਿ ਅੱਜ ਦੇ ਵਲੋਗ 'ਚ ਸਿਰਫ ਇਹੀ ਹੈ ਕਿ ਮੈਂ ਪੇ ਆਰਡਰ ਲਿਆ ਔਰ ਬੂਰੇ ਪਹੁੰਚਾ ਦਿੱਤੇ, ਚਲੋ ਜੀ ਅੱਲਾ ਖੈਰ ਕਰੇ ਆ ਜਾਓ। ਉਸ ਤੋਂ ਬਾਅਦ ਜਨਾਬ ਰੋਡ ਦੇ ਉੱਤੇ ਜ਼ੇਰੇ ਤਮੀਰ ਇੱਕ ਮਸਜਿਦ ਸੀ, ਅਸੀਂ ਨਮਾਜ਼ੇ ਮਗਰਬ ਪੜ੍ਹੀ ਆ ਜਿਹੜੀ ਕਿ ਬਹੁਤ ਲੇਟ ਹੋ ਗਈ ਸੀ, ਲੇਕਿਨ ਭਾਈ ਆਪਣਾ ਜਿਹੜੇ ਨੇ ਰਾਓ ਅਬਦੁੱਲਾ ਸਾਹਿਬ ਉਹਨਾਂ ਨੇ ਕਿਹਾ ਵੀ ਨਹੀਂ ਪੜ੍ਹ ਸਕਦੇ, ਨਾ ਨਹੀਂ ਬਸ ਡਾਇਰੈਕਟ ਹੀ ਬੈਠ ਜਾ, ਠੀਕ ਹੈ ਜੀ ਅਬਦੁੱਲਾ ਭਾਈ, ਅੱਲਾ ਦੇ ਹਵਾਲੇ, ਲਓ ਜੀ ਵਾਪਸੀ ਅਸੀਂ ਫਿਰ ਸੁਪਰਮੈਨ ਕੋ ਘੁੰਮ ਘੁਮਾ ਕੇ ਪੂਰਿਓ ਗਏ ਆ ਪਹੁੰਚ, ਤੁਹਾਡੀ ਸਕੂਟਰ ਭੈਣ ਚੱਕੀਏ, ਪਾਪੂ ਭਾਈ ਇਹ ਚਾਬੀ ਦੇਣਾ ਇਸਕੀ, ਉਹ ਮੈਂ ਵਟਸਐਪ ਕਰ ਦਿੰਦਾ ਤੁਹਾਨੂੰ, ਇਹ ਬੂਰੇ ਵਾਲੇ ਪਹੁੰਚ ਗਏ ਹਾਂ ਜੀ, ਅਸੀਂ ਰੱਤੇ ਟਿੱਬੇ ਪਹੁੰਚ ਗਏ ਹਾਂ ਬੂਰੇ ਵਾਲੇ ਆਪਣਾ ਕੰਮ ਸ਼ੰਮ ਨਿਬੇੜ ਕੇ, ਅਤੇ ਅੱਲਾ ਖੈਰ ਕਰੇ ਸਵੇਰ ਦੀ ਸਵੇਰ ਨਾ ਦੇਖੀ ਜਾਊਗੀ, ਨਹੀਂ T05 ਠੀਕ ਹੈ, ਨਾ ਨਾ ਹੁਣ ਜਿਹੜਾ 3 ਆਇਆ ਜ਼ਿਆਦਾ ਬਿਹਤਰ, 3 ਹੁਣ ਕਿੱਥੋਂ ਆਇਆ, ਹੁਣ 3 ਆਇਆ, ਪਿਛਲੀ ਵਾਰੀ ਵੀ ਕਹਿੰਦੇ ਸੀਗੇ, ਚਲੋ ਬੇਟਾ ਜੀ ਪਿਛਲੀ ਵਾਰੀ ਵੀ ਕਹਿੰਦੇ ਸੀਗੇ ਕਿ T06 ਜਿਹੜਾ ਨਾ ਉਹ ਬੜਾ ਚੰਗਾ ਆਇਆ, ਤੇ ਮੇਰਾ 10 ਮਣ ਨਿਕਲਿਆ, ਉਹ ਤੇ ਯਾਰ ਆਪਾਂ ਪਾਣੀ ਨਹੀਂ ਲਾਇਆ, ਉਹਨੂੰ ਖਾਦ ਨਹੀਂ ਦਿੱਤੀ, ਅਲਹਮਦੁਲਿਲਾ ਥੱਕ ਹਾਰ ਕੇ ਔਰ ਜ਼ੇਹਨੀ ਬੋਝ ਲੈ ਕੇ ਘਰ ਪਹੁੰਚ ਗਿਆ, ਗੱਡੀ ਪਾਰਕ ਕੀਤੀ ਆ, ਹੁਣ ਟਰੈਕਟਰ ਪਾਰਕ ਕਰਨ ਲੱਗਾ, ਦੋਨੇ ਚੀਜ਼ਾਂ ਮੈਨੂੰ ਅੱਜ ਕੱਲ੍ਹ ਵਾਰ ਵਾਰ ਬਾਹਰ ਕੱਢਣੀਆਂ ਪੈਂਦੀਆਂ ਕਿਉਂਕਿ ਵਿੱਚ ਗੰਦਮ ਪਈ ਹੈ, ਇਸ ਗੱਲੋਂ ਫਿਰ ਤੰਗੀ ਹੁੰਦੀ ਹੈ, ਅੱਲਾ ਦੇ ਹਵਾਲੇ ਜੀਂਦਿਆਂ ਦੇ ਵੇਲੇ, ਥੈਂਕਸ ਫੋਰ ਵਾਚਿੰਗ।